ਪੂਰੇ ਦੇਸ਼ ਚ ਜਿਹੜਾ ਵਿਸ਼ਵ ਫਿਜੀਓਥਰੈਪੀ ਜਿਹੜਾ ਡੇ ਮਨਾਇਆ ਜਾ ਰਿਹਾ। ਜੇ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਚ ਵੀ ਫਿਜੀਓਥਰੈਪੀ ਜਿਹੜਾ ਡੇ ਮਨਾਇਆ ਜਾ ਰਿਹਾ। ਸਾਡੇ ਨਾਲ ਡਾਕਟਰ ਮਨੀਸ਼ ਮੌਜੂਦ ਹੈ, ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਪੂਰੇ ਦੇਸ਼ ਚ ਜਿਹੜਾ ਫਿਜੀਓਥਰੈਪੀ ਜਿਹੜਾ ਡੇ ਮਨਾਇਆ ਜਾ ਰਿਹਾ, ਜੇ ਗੱਲ ਕਰੀਏ ਬਠਿੰਡਾ ਦੀ ਤਾਂ ਬਠਿੰਡਾ ਚ ਵੀ ਤੁਹਾਡੇ ਵੱਲੋਂ ਜਿਹੜਾ ਫਿਜੀਓਥਰੈਪੀ ਜਿਹੜਾ ਡੇ ਮਨਾਇਆ ਜਾ ਰਿਹਾ, ਇਸ ਮੌਕੇ ਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਰਲਡ ਫਿਜੀਓਥੈਰੇਪੀ ਡੇ 'ਚ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ। ਇਹ ਹਰ ਸਾਲ 8 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਤੇ ਇਹ ਸਪੈਸ਼ਲੀ ਅਸੀਂ ਇਵੈਂਟ ਅੱਜ ਦਾ ਰੱਖਿਆ ਲੋਕਾਂ ਨੂੰ ਫਿਜੀਓਥੈਰੇਪੀ ਦੀ ਅਵੇਅਰਨੈਸ ਦੇਣ ਵਾਸਤੇ ਤੇ ਜਿਹੜਾ ਜ਼ਿਲ੍ਹਾ ਦਿਵਿਆਂਗ ਪੁਨਰਵਾਸ ਕੇਂਦਰ ਹੈ ਇਹਦੀ ਅਵੇਅਰਨੈਸ ਦੇਣ ਵਾਸਤੇ ਕਿ ਅਸੀਂ ਇੱਥੇ ਕੀ ਫੈਸਿਲਿਟੀਜ਼ ਲੋਕਾਂ ਨੂੰ ਦੇ ਰਹੇ ਹਾਂ। ਸਪੈਸ਼ਲੀ ਮੈਂ ਫਿਜੀਓਥੈਰੇਪੀ ਦੀ ਗੱਲ ਕਰਾਂ ਤੇ ਫਿਜੀਓਥੈਰੇਪੀ 'ਚ ਜੋ ਟ੍ਰੀਟਮੈਂਟ ਹੁੰਦਾ ਵਿਦਆਊਟ ਮੈਡੀਸਿਨ ਟ੍ਰੀਟਮੈਂਟ ਹੁੰਦਾ, ਇਹਦੇ 'ਚ ਅਸੀਂ ਐਕਸਰਸਾਈਜ਼ ਥੈਰੇਪੀ, ਇਲੈਕਟ੍ਰੋਥੈਰੇਪੀ, ਮੈਨੂਅਲ ਥੈਰੇਪੀ ਨਾਲ ਪੇਸ਼ੈਂਟਸ ਦਾ ਟ੍ਰੀਟਮੈਂਟ ਕਰਦੇ ਹਾਂ। ਸਰ, ਇਹਦੀ ਵਿਧੀ ਕੀ ਹੈ ਸਰ? ਦੇਖੋ, ਫਿਜੀਓਥੈਰੇਪੀ 'ਚ ਟ੍ਰੀਟਮੈਂਟ ਦੀ ਵਿਧੀ ਇਹ ਹੈ ਕਿ ਇਲੈਕਟ੍ਰੋਥੈਰੇਪੀ ਜਿਵੇਂ ਹੋ ਗਿਆ, ਉਹਦੇ 'ਚ ਅਸੀਂ ਕਈ ਤਰ੍ਹਾਂ ਦੀ ਮਸ਼ੀਨਸ ਯੂਜ਼ ਕਰਦੇ ਹਾਂ, ਠੀਕ ਹੈ। ਐਕਸਰਸਾਈਜ਼ ਥੈਰੇਪੀ, ਉਹਦੇ 'ਚ ਅਸੀਂ ਐਕਸਰਸਾਈਜ਼ ਪ੍ਰਿਸਕ੍ਰਾਈਬ ਕਰਦੇ ਹਾਂ ਪੇਸ਼ੈਂਟ ਟੂ ਪੇਸ਼ੈਂਟ, ਜਿਹੜੇ ਡਿਪੈਂਡ ਕਰਦਾ। ਮੈਨੂਅਲ ਥੈਰੇਪੀ ਇਹ ਸਾਡੀ ਸਪੈਸ਼ਲ ਟੈਕਨੀਕਸ ਹੁੰਦੀ ਹੈ ਜਿਹੜੀ ਅਸੀਂ ਪੇਸ਼ੈਂਟ ਦੇ ਟ੍ਰੀਟਮੈਂਟ ਲਈ ਯੂਜ਼ ਕਰਦੇ ਹਾਂ, ਜਿਵੇਂ MFR, MET, ਮੋਬਿਲਾਈਜੇਸ਼ਨਸ ਵਗੈਰਾ। ਸਰ, ਜੇ ਗੱਲ ਕਰੀਏ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਤੁਸੀਂ ਇਸ ਟ੍ਰੀਟਮੈਂਟ ਰਾਹੀਂ ਠੀਕ ਕਰ ਚੁੱਕੇ ਹੋ? ਦੇਖੋ ਜੀ, ਮੈਨੂੰ ਇੱਥੇ 2 ਸਾਲ ਹੋ ਗਏ ਫਿਜੀਓਥੈਰੇਪੀ ਡਿਪਾਰਟਮੈਂਟ ਸਿਵਲ ਹਸਪੀਟਲ ਬਠਿੰਡਾ 'ਚ ਤੇ ਲਗਭਗ 40 ਤੋਂ 50 ਦੀ OPD ਇੱਥੇ ਸਾਡੇ ਕੋਲ ਹੈਗੀ। ਇਹ ਸਾਡਾ ਸਪੈਸ਼ਲੀ ਡਿਸੇਬਿਲਿਟੀ, ਡਿਸੇਬਲ ਪਰਸਨ ਲਈ ਡਿਪਾਰਟਮੈਂਟ ਹੈ। ਮੈਕਸੀਮਮ ਪੇਸ਼ੈਂਟਸ ਇੱਥੋਂ ਠੀਕ ਹੋ ਕੇ ਜਾਂਦੇ ਹਨ। ਸਰ, ਜੇ ਗੱਲ ਕਰੀਏ ਇਸ ਥੈਰੇਪੀ ਨਾਲ ਕਿਹੜੀ ਕਿਹੜੀ ਪ੍ਰੋਬਲਮ ਦਾ ਜਿਹੜੀਆਂ ਸੌਰਟ ਆਊਟ ਹੋ ਜਾਂਦੀਆਂ? ਦੇਖੋ ਜੀ, ਇਸ ਫਿਜੀਓਥੈਰੇਪੀ ਨਾਲ ਆਰਥੋਪੈਡਿਕ, ਨਿਊਰੋਲੋਜੀਕਲ ਪ੍ਰੋਬਲਮਸ, ਪੀਡੀਆਟ੍ਰਿਕ ਪ੍ਰੋਬਲਮਸ, ਸਪੋਰਟਸ ਇੰਜਰੀਜ਼, ਕਾਰਡੀਓਵਾਸਕੁਲਰ ਪ੍ਰੋਬਲਮ, ਰੈਸਪੀਰੇਟਰੀ, ਕਈ ਤਰ੍ਹਾਂ ਦੀ ਪ੍ਰੋਬਲਮਸ ਅਸੀਂ ਫਿਜੀਓਥੈਰੇਪੀ ਨਾਲ ਟ੍ਰੀਟ ਕਰਦੇ ਹਾਂ। ਤੇ ਹੁਣ ਤੱਕ ਜੇ ਗੱਲ ਕਰੀਏ ਤਾਂ ਕਿੰਨੇ ਪੇਸ਼ੈਂਟ ਇੱਥੋਂ ਠੀਕ ਹੋ ਕੇ ਜਾ ਚੁੱਕੇ ਨੇ? ਫਿਜੀਓਥੈਰੇਪੀ 'ਚ ਡੇਲੀ ਸਾਡੇ ਕੋਲ 40 ਤੋਂ 50 ਦੀ OPD ਹੈ ਤੇ ਮੈਕਸੀਮਮ ਪੇਸ਼ੈਂਟਸ ਇੱਥੋਂ ਠੀਕ ਹੋ ਕੇ ਜਾਂਦੇ। ਸਾਡੀ ਕੋਸ਼ਿਸ਼ ਇਹੀ ਰਹਿੰਦੀ ਕਿ ਮੈਕਸੀਮਮ ਪੇਸ਼ੈਂਟਸ ਇੱਥੋਂ ਰਿਕਵਰ ਹੋ ਕੇ ਜਾਣ, ਠੀਕ ਹੋ ਕੇ। ਹਰ ਏਜ ਦੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ, ਸਪੈਸ਼ਲੀ ਸਪੈਸ਼ਲ ਬੱਚੇ ਵੀ ਆਉਂਦੇ, ਸੀਨੀਅਰ ਸਿਟੀਜ਼ਨਸ ਵੀ ਆਉਂਦੇ ਆ, ਹਰ ਇੱਕ ਏਜ ਦੇ ਪੇਸ਼ੈਂਟ ਆਉਂਦੇ, ਪੋਸਟ ਆਪਰੇਟਿਵ ਪੇਸ਼ੈਂਟਸ ਵੀ ਆਉਂਦੇ ਆ, ਤਾਂ ਜਿਹਦੇ 'ਚ ਫਿਜੀਓਥੈਰੇਪੀ ਰਿਕੁਆਇਰਡ ਆ ਹਰ ਇੱਕ ਪੇਸ਼ੈਂਟ ਦਾ ਅਸੀਂ ਟ੍ਰੀਟਮੈਂਟ ਇੱਥੇ ਕਰਦੇ ਹਾਂ। ਫਿਜੀਓਥੈਰੇਪੀ ਦੇ ਡਾਕਟਰ ਮਨੀਸ਼ ਇੱਕ ਬੱਚੇ ਦਾ ਟ੍ਰੀਟਮੈਂਟ ਕਰ ਰਹੇ ਆ, ਗੱਲਬਾਤ ਕਰਦੇ ਉਹਨਾਂ ਨਾਲ, ਇੱਕ ਬੱਚੇ ਦਾ ਟ੍ਰੀਟਮੈਂਟ ਕਰ ਰਹੇ ਹੋ ਤੁਸੀਂ, ਕੀ ਪ੍ਰੋਬਲਮ ਹੈ ਇਸ ਬੱਚੇ ਨੂੰ? ਇਹ ਜੀ, ਬੱਚਾ ਸੈਰੀਬਰਲ ਪੈਲਸੀ ਦਾ ਬੱਚਾ ਹੈ। ਇਹ ਸਾਡੇ ਕੋਲ 3 ਮਹੀਨਿਆਂ ਤੋਂ ਲਗਾਤਾਰ ਆ ਰਿਹਾ। ਜਦੋਂ ਇਹ ਬੱਚਾ ਆਉਣਾ ਸ਼ੁਰੂ ਹੋਇਆ ਸੀਗਾ ਉਦੋਂ ਨੈਕ ਹੋਲਡਿੰਗ ਬਿਲਕੁਲ ਨਹੀਂ ਸੀ, ਮਤਲਬ ਗਰਦਾਂ ਦੇ ਸੀਟ ਲੈਂਦਾ ਸੀ। ਸੀਵੀ ਬੱਚੇ ਕੀ ਹੁੰਦੇ, ਉਹਨਾਂ 'ਚ ਨੋਰਮਲ ਬੱਚਿਆਂ ਦੇ ਮੁਕਾਬਲੇ ਲੇਟ ਮਾਈਲਸਟੋਨ ਅਚੀਵ ਕਰਦੇ, ਜਿਵੇਂ ਨੈਕ ਹੋਲਡਿੰਗ, ਸਾਈਡ ਟਰਨਿੰਗ, ਸਿਟਿੰਗ, ਸਟੈਂਡਿੰਗ, ਵਾਕਿੰਗ। ਹੁਣ ਇਹ ਬੱਚਾ 1 ਸਾਲ 3 ਮਹੀਨੇ ਦਾ ਹੈਗਾ, 3 ਮਹੀਨਿਆਂ ਤੋਂ ਸਾਡੇ ਕੋਲ ਆ ਰਿਹਾ ਤੇ ਹੁਣ ਨੈਕ ਹੋਲਡਿੰਗ ਇਹਦੀ ਅਚੀਵ ਹੋ ਰਹੀ ਹੈ, ਸਾਈਡ ਟਰਨਿੰਗ, ਹੁਣ ਸਿਟਿੰਗ ਵੀ ਥੋੜਾ ਥੋੜਾ ਬੱਚਾ ਕਰ ਰਿਹਾ। ਤਾਂ ਮੈਂ ਲੋਕਾਂ ਨੂੰ ਇਹੀ ਕਹੂੰਗਾ ਜਿਹੜੇ CP ਬੱਚੇ ਆ, ਸਪੈਸ਼ਲ ਬੱਚੇ ਹੈਗੇ, ਕਿ ਸਾਡੇ ਕੋਲ ਆ ਕੇ ਮਤਲਬ ਟਾਈਮ ਤੇ ਆ ਕੇ ਫਿਜੀਓਥੈਰੇਪੀ ਆਪਣਾ ਟ੍ਰੀਟਮੈਂਟ ਸ਼ੁਰੂ ਕਰਵਾ ਸਕਦੇ ਨੇ। ਡਾਕਟਰ ਸਾਹਿਬ, ਜੇ ਗੱਲ ਕਰੀਏ ਬੱਚਾ ਜਿਹੜਾ ਹੈਗਾ ਇਹ ਜਮਾਂਦਰੂ, ਇਹਨੂੰ ਪ੍ਰੋਬਲਮ ਸੀਗੀ? ਹਾਂਜੀ, ਜਮਾਂਦਰੂ ਪ੍ਰੋਬਲਮ ਹੁੰਦੀ ਹੈ CP, ਮਤਲਬ ਕਈ ਵਾਰੀ ਜਿਵੇਂ ਅਰਲੀ ਡਿਲੀਵਰੀ ਹੋ ਜਾਂਦੀ ਹੈ, ਪ੍ਰੀਮੈਚੁਅਰ ਬੇਬੀ ਹੁੰਦੇ ਆ, ਜਾਂ ਡਿਲੀਵਰੀ ਦੇ ਟਾਈਮ ਕੋਈ ਪ੍ਰੋਬਲਮਸ ਆ ਜਾਂਦੀ ਹੈ, ਤਾਂ ਉਸ ਕਰਕੇ ਇਸ ਤਰ੍ਹਾਂ ਦੀ ਪ੍ਰੋਬਲਮਸ ਆ ਜਾਂਦੀ ਹੈ ਬੱਚਿਆਂ 'ਚ। ਬੱਚਾ ਕਿੰਨਾ ਕੁ ਰਿਕਵਰ ਕਰ ਚੁੱਕਿਆ ਹੈ? ਦੇਖੋ, CP ਬੱਚੇ ਜੇ ਸਾਡੇ ਕੋਲ ਟਾਈਮ ਨਾਲ ਆ ਜਾਣ ਤੇ ਉਹ ਆਪਣੇ 100% ਤੱਕ ਰਿਕਵਰ ਹੋ ਸਕਦੇ ਆ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆ ਕਿ 70-80% ਤੱਕ ਖੁਦ ਸੈਲਫ ਡਿਪੈਂਡੈਂਟ ਹੋ ਜਾਣ, ਬੱਚੇ ਵੋਕਰ ਨਾਲ ਆਪਣਾ ਸਾਰਾ ਕੰਮ ਕਰ ਲੈਣ, ਤੋਰਾ ਫੇਰਾ ਕਰ ਲੈਣ। CP ਬੱਚੇ ਮੈਕਸਿਮਮ ਹੱਦ ਤੱਕ ਰਿਕਵਰ ਹੋ ਸਕਦੇ ਆ, ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ। ਕੁਝ ਪੇਸ਼ੈਂਟ ਵੀ ਸਾਡੇ ਨਾਲ ਮੌਜੂਦ ਹੈ, ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਜੀ।
ਅੰਕਲ ਜੀ ਕੀ ਨਾਮ ਹੈ? ਮੇਰਾ ਨਾਮ ਗੁਰਦੇਵ ਸਿੰਘ। ਕਿੱਥੋਂ ਆਏ ਹੋ? ਮੈਂ ਬਠਿੰਡਾ ਯਾਨੀ ਜੈ ਸਿੰਘ ਜੀ ਕਾਲਜ ਤੋਂ ਜੀ। ਅੰਕਲ ਜੀ ਜੇ ਗੱਲ ਕਰੀਏ ਫਿਜੀਓਥੈਰੇਪੀ ਤੁਸੀਂ ਟ੍ਰੀਟਮੈਂਟ ਇੱਥੇ ਸਿਵਲ ਹਸਪੀਟਲ ਬਠਿੰਡਾ ਚ ਲੈਣ ਆਏ ਹੋ, ਕੀ ਪ੍ਰੋਬਲਮ ਹੈ ਤੁਹਾਨੂੰ? ਮੈਨੂੰ ਗੋਡਿਆਂ ਦੀ ਤਕਲੀਫ ਹੈ, ਚੱਲਣ ਫਿਰਨ ਚ ਤਕਲੀਫ ਹੁੰਦੀ ਹੈ, ਜ਼ਿਆਦਾ ਪੌੜੀਆਂ ਚੜ੍ਹ ਚ ਤਕਲੀਫ ਹੁੰਦੀ ਹੈ, ਜ਼ਿਆਦਾ ਤੁਰਨ ਨਾਲ ਗੋਡਿਆਂ ਚ ਦਰਦ ਹੁੰਦਾ ਹੈ, ਇਸ ਕਰਕੇ ਮੈਂ ਇਹ ਟ੍ਰੀਟਮੈਂਟ ਲੈ ਰਿਹਾ। ਅੰਕਲ ਜੀ ਜੇ ਗੱਲ ਕਰੀਏ ਤੁਸੀਂ ਕਿੰਨੇ ਟਾਈਮ ਤੋਂ ਸਿਵਲ ਹਸਪੀਟਲ ਬਠਿੰਡਾ ਚ ਆ ਰਹੇ ਹੋ? ਇੱਕ ਹਫ਼ਤਾ ਹੋ ਗਿਆ ਜੀ, ਅਸੀਂ 21 ਤਰੀਕ ਤੋਂ ਇੱਥੇ ਟ੍ਰੀਟਮੈਂਟ ਲੈ ਰਹੇ ਹਾਂ, 29 ਤਰੀਕ ਤੋਂ ਟ੍ਰੀਟਮੈਂਟ ਲੈ ਰਹੇ ਹਾਂ। ਅੱਛਾ, ਕਿਸ ਤਰ੍ਹਾਂ ਦਾ ਲੱਗ ਰਿਹਾ, ਕੋਈ ਇੰਪਰੂਵਮੈਂਟ ਲੱਗ ਰਹੀ ਹੈ? ਇੱਥੇ ਕੁਛ ਇੰਪਰੂਵਮੈਂਟ ਲੱਗ ਰਹੀ ਹੈ ਮੈਨੂੰ, ਤੇ ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਇਹ ਜਲਦੀ ਠੀਕ ਹੋ ਜਾਊਗਾ, ਮੈਂ ਇਸ ਤਰ੍ਹਾਂ ਟ੍ਰੀਟਮੈਂਟ ਲੈਣਾ। ਡਾਕਟਰ ਸਾਹਿਬ ਬਹੁਤ ਹੀ ਕੋਸ਼ਿਸ਼ ਕਰਕੇ ਬੜੀ ਫਰਸ ਨਾਲ ਐਕਸਰਸਾਈਜ਼ ਵਗੈਰਾ ਕਰਾ ਰਹੇ ਨੇ, ਤੇ ਬਾਕੀ ਥੋੜੇ ਜਿਹੇ ਮਸ਼ੀਨਾਂ ਦਾ ਰਾਹੀਂ ਵੀ ਅਸੀਂ ਟ੍ਰੀਟਮੈਂਟ ਲੈ ਰਹੇ ਹਾਂ ਇੱਥੇ ਹਸਪਤਾਲ 'ਚ, ਤੇ ਉਮੀਦ ਕਰਦੇ ਹਾਂ ਜਲਦੀ ਠੀਕ ਹੋ ਜਾਵਾਂਗੇ ਅਸੀਂ। ਅੱਛਾ, ਕਿੰਨੀ ਟਾਈਮ ਦੀ ਤੁਹਾਨੂੰ ਇਹ ਗੋਡਿਆਂ ਦੀ ਪ੍ਰੋਬਲਮ ਸੀ? ਮੈਨੂੰ ਪਿਛਲੇ 7 ਸਾਲਾਂ ਤੋਂ ਗੋਡੇ ਦੀ ਤਕਲੀਫ ਹੈ। ਤੇ ਹੁਣ ਇੱਥੇ ਸਿਵਲ ਹਸਪੀਟਲ ਬਠਿੰਡਾ ਚ ਆਏ ਹੋ, ਫਿਜੀਓਥੈਰੇਪੀ ਜਿਹੜਾ ਟ੍ਰੀਟਮੈਂਟ ਲੈ ਰਹੇ ਹੈਗੇ ਹੋ, ਇਹਦੇ ਨਾਲ ਤੁਹਾਨੂੰ ਰਿਲੈਕਸ ਮਹਿਸੂਸ ਹੋ ਰਿਹਾ? ਹਾਂ, ਮੈਂ ਕਾਫੀ ਰਿਲੈਕਸ ਮਹਿਸੂਸ ਕਰ ਰਿਹਾ, ਤੇ ਮੈਂ ਉਮੀਦ ਵੀ ਕਰ ਰਿਹਾ ਕਿ ਡਾਕਟਰ ਸਾਹਿਬ ਮੈਨੂੰ ਜਲਦੀ ਹੀ ਇਹਨਾਂ ਇਸ ਤੋਂ ਨਜਾਤ ਪਾ ਦੇਣਗੇ ਗੋਡੇ ਦੇ ਦਰਦ ਤੋਂ। ਮੈਨੂੰ ਬਿਲਕੁਲ ਠੀਕ ਲੱਗ ਰਿਹਾ ਮੈਂ। ਬਿਲਕੁਲ ਜੀ ਬਿਲਕੁਲ, ਇਹ ਸੀ ਅੰਕਲ ਜੀ ਜਿਹੜੇ ਇੱਥੇ ਫਿਜੀਓਥੈਰੇਪੀ ਜਿਹੜਾ ਟ੍ਰੀਟਮੈਂਟ ਲੈਣ ਆਇਆ ਸਿਵਲ ਹਸਪੀਟਲ ਬਠਿੰਡਾ ਚ, ਤੇ ਇਹਨਾਂ ਦੇ ਮੈਸੇਜ ਵੀ ਸਾਡੇ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਨਾਮ ਹੈ? ਮੇਰਾ ਨਾਮ ਸ਼ਰਨਜੀਤ ਕੌਰ ਹੈ। ਆਂਟੀ ਜੀ ਜੇ ਗੱਲ ਕਰੀਏ ਸਿਵਲ ਹਸਪੀਟਲ ਬਠਿੰਡਾ ਚ ਆਏ ਹੋ, ਫਿਜੀਓਥੈਰੇਪੀ ਜਿਹੜਾ ਟ੍ਰੀਟਮੈਂਟ ਲੈਣ, ਕੀ ਪ੍ਰੋਬਲਮ ਸੀ ਤੁਹਾਨੂੰ? ਮੈਨੂੰ ਬੈਕ ਪੇਨ ਦੀ ਪ੍ਰੋਬਲਮ ਹੈ, L4 L5 ਮਣਕਿਆਂ ਦੀ ਪ੍ਰੋਬਲਮ ਸੀਗੀ। ਮੈਂ ਵੈਸੇ ਪਹਿਲਾਂ ਐਲੋਪੈਥੀ ਦਾ ਟ੍ਰੀਟਮੈਂਟ ਕਾਫੀ ਲਿਆ, ਦਵਾਈ ਕਾਫੀ ਖਾਧੀ, ਪਰ ਮੈਨੂੰ ਨਹੀਂ ਫਰਕ ਪਿਆ ਸੀਗਾ। ਫਿਰ ਸਾਨੂੰ ਪਤਾ ਲੱਗਿਆ ਵੀ ਇੱਥੇ ਫਿਜੀਓਥੈਰੇਪੀ ਦਾ ਮਤਲਬ ਹੈ ਡਿਪਾਰਟਮੈਂਟ, ਤੇ ਅਸੀਂ 29 ਤਰੀਕ ਨੂੰ ਆਏ ਸੀਗੇ ਇੱਥੇ, ਤੇ ਉਸ ਦਿਨ ਤੋਂ ਡਾਕਟਰ ਸਾਹਿਬ ਕਰ ਰਹੇ ਨੇ ਸਾਡਾ ਟ੍ਰੀਟਮੈਂਟ। ਵੈਸੇ ਮੈਨੂੰ ਨਾ ਮਤਲਬ ਕਾਫੀ ਰਿਲੈਕਸ ਫੀਲ ਹੋ ਰਿਹਾ ਪਹਿਲਾਂ ਨਾਲੋਂ। ਪਹਿਲਾਂ ਤਾਂ ਮੇਰੇ ਲੱਤਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ, ਲੱਤਾਂ 'ਚ ਰਾਤ ਨੂੰ ਜਦੋਂ ਪੈ ਜਾਂਦੀ ਸੀ ਲੱਤਾਂ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ। ਆਂਟੀ ਜੀ ਜੇ ਗੱਲ ਕਰੀਏ ਤੁਹਾਨੂੰ ਪ੍ਰੋਬਲਮ ਕਿੰਨੇ ਟਾਈਮ ਦੀ ਸੀਗੀ? 2 ਸਾਲ ਹੋ ਗਏ, 2-2.5 ਸਾਲ ਤੋਂ ਸੀਗੀ ਪ੍ਰੋਬਲਮ। ਅੱਛਾ, ਸਿਵਲ ਹਸਪੀਟਲ ਬਠਿੰਡਾ 'ਚ ਆਏ ਹੋ, ਫਿਜੀਓਥੈਰੇਪੀ ਜਿਹੜਾ ਟ੍ਰੀਟਮੈਂਟ ਲੈ ਰਹੇ ਹੋ, ਹੁਣ ਕਿਵੇਂ ਕਿਸ ਤਰ੍ਹਾਂ ਦਾ ਲੱਗ ਰਿਹਾ? ਜਿੰਨੇ ਕੁ ਦਿਨ ਮਤਲਬ ਮੈਨੂੰ ਹੋਏ ਹੈ, ਵਿੱਚ ਦੀ ਛੁੱਟੀ ਆ ਗਈ, 5-6 ਦਿਨ ਲਾ ਲਓ, ਉਸ ਹਿਸਾਬ ਨਾਲ ਮੈਨੂੰ ਓਨਾ ਫਰਕ ਲੱਗ ਰਿਹਾ, ਮਤਲਬ 20-25%। ਮਤਲਬ ਮੈਨੂੰ ਆਪਣੇ ਆਪ ਨੂੰ ਇਹ ਫੀਲ ਹੁੰਦਾ ਵੀ ਮੈਂ ਠੀਕ ਫੀਲ ਕਰਦੀ ਹਾਂ ਪਹਿਲਾਂ ਨਾਲ। ਕੀ ਲੱਗਦਾ ਫਿਜੀਓਥੈਰੇਪੀ ਟ੍ਰੀਟਮੈਂਟ ਨਾਲ ਤੁਸੀਂ ਪ੍ਰੋਪਰ ਸਹੀ ਹੋ ਜਾਓਗੇ? ਜਿਸ ਹਿਸਾਬ ਨਾਲ ਡਾਕਟਰ ਸਾਹਿਬ ਮਿਹਨਤ ਕਰ ਰਹੇ ਨੇ, ਐਕਸਰਸਾਈਜ਼ਾਂ ਕਰਾਉਂਦੇ ਨੇ, ਮੈਨੂੰ ਤਾਂ ਇਹ ਵਿਸ਼ਵਾਸ ਹੈ ਮੈਂ ਠੀਕ ਹੋ ਜਾਊਂਗੀ, ਕਿਉਂਕਿ ਮੈਂ ਦਵਾਈ ਖਾ ਅੱਕ ਗਈ ਸੀਗੀ ਬੈਕ ਪੇਨ ਦੀ। ਪਰ ਹੁਣ ਮੈਨੂੰ ਇਹਨਾਂ ਨੇ ਦਵਾਈ ਬਿਲਕੁਲ ਹੀ ਕਹਿਤਾ ਵੀ ਜੇ ਤੁਹਾਨੂੰ ਦਰਦ ਵੀ ਹੁੰਦਾ ਤਾਂ ਵੀ ਗੋਲੀ ਨਹੀਂ ਲੈਣੀ। ਮੈਂ ਉਸ ਦਿਨ ਤੋਂ ਬਾਅਦ ਕਦੇ ਦਰਦ ਦੀ ਗੋਲੀ ਨਹੀਂ ਲਈ, ਤੇ ਮੈਨੂੰ ਇਹ ਲੱਗਦਾ ਵੀ ਮੈਂ ਮਤਲਬ ਜਲਦੀ ਠੀਕ ਹੋ ਜਾਊਂਗੀ। ਬਿਲਕੁਲ ਜੀ ਬਿਲਕੁਲ, ਇਹ ਸੀ ਆਂਟੀ ਜੀ ਜੋ ਫਿਜੀਓਥੈਰੇਪੀ ਜਿਹੜਾ ਟ੍ਰੀਟਮੈਂਟ ਸਿਵਲ ਹਸਪੀਟਲ ਬਠਿੰਡਾ ਚ ਲੈਣ ਆਇਆ, ਤੇ ਕਹਿੰਦੇ ਮੈਨੂੰ ਪੂਰੀ ਉਮੀਦ ਹੈ ਵੀ ਮੈਂ ਇੱਥੋਂ ਜਿਹੜੀ ਆ ਠੀਕ ਹੋ ਕੇ ਜਾਵਾਂਗੀ। ਤੇ ਸਾਡੇ ਨਾਲ ਇੱਥੇ ਯੰਗ ਏਜ ਦੇ ਜਿਹੜੇ ਵਿਅਕਤੀ ਆ ਉਹ ਪਹੁੰਚੇ ਆਪਣੇ ਬੱਚੇ ਨੂੰ ਲੈ ਕੇ, ਉਹਨਾਂ ਨਾਲ ਵੀ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਮੁਕੇਸ਼। ਮੁਕੇਸ਼ ਜੀ, ਜੇ ਗੱਲ ਕਰੀਏ ਤੁਸੀਂ ਆਪਣੇ ਬੱਚੇ ਦਾ ਫਿਜੀਓਥੈਰੇਪੀ ਟ੍ਰੀਟਮੈਂਟ ਰਾਹੀਂ ਇੱਥੇ ਇਲਾਜ ਕਰਵਾਉਣ ਆਏ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ? ਇਹ ਟ੍ਰੀਟਮੈਂਟ ਬਹੁਤ ਵਧੀਆ ਹੋ ਰਿਹਾ, ਤੇ 3 ਮਹੀਨੇ ਹੋ ਗਏ ਮੈਨੂੰ ਲਗਾਤਾਰ ਇੱਥੇ ਆਉਂਦੇ ਨੂੰ। ਪਹਿਲਾਂ ਤਾਂ ਇਹ ਮਤਲਬ ਹੋਲਡ ਨਹੀਂ ਕਰਦਾ ਸੀ ਆਪਦੀ ਗਰਦਨ, ਤੇ ਹੁਣ ਵਧੀਆ ਹੋਲਡ ਕਰਨ ਲੱਗ ਗਿਆ। ਪਹਿਲਾਂ ਤਾਂ ਕੱਪੜੇ ਪਾਉਣੇ ਵੀ ਇਹਦੇ ਬਹੁਤ ਔਖੇ ਸੀ, ਤੇ ਮਤਲਬ ਕੜਾਹ ਸੀ ਮਤਲਬ ਬਾਹਾਂ 'ਚ ਵੀ ਤੇ ਲੱਤਾਂ 'ਚ ਵੀ,
ਤੇ ਸਰ ਨੇ ਬਹੁਤ ਮਿਹਨਤ ਕਰ ਰਹੇ ਬਹੁਤ ਜ਼ਿਆਦਾ। ਤੇ ਅੱਛਾ ਇਹਨੂੰ ਜਮਾਂਦਰੂ ਇਸ ਬੱਚੇ ਨੂੰ ਪ੍ਰੋਬਲਮ ਸੀ ਇਹ? ਨਹੀਂ ਇਹਦਾ ਨਾ ਟ੍ਰੀਟਮੈਂਟ ਹੋਇਆ ਸੀ ਇਹਦਾ ਬ੍ਰੇਨ ਦਾ, ਉਸ ਤੋਂ ਬਾਅਦ ਨੂੰ ਥੋੜੀ ਪ੍ਰੋਬਲਮ ਆ ਗਈ ਸੀ। ਅੱਛਾ ਸਿਵਲ ਹਸਪੀਟਲ ਬਠਿੰਡਾ ਚ ਡਾਕਟਰ ਮਨੀਸ਼ ਇਲਾਜ ਕਰ ਰਹੇ ਹੈਗੇ, ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਵਧੀਆ, ਬਹੁਤ ਵਧੀਆ ਡਾਕਟਰ ਨੇ। ਕੀ ਲੱਗਦਾ ਤੁਹਾਨੂੰ ਤੁਹਾਡਾ ਬੱਚਾ ਪ੍ਰੋਪਰ 100% ਇੱਥੋਂ ਠੀਕ ਹੋ ਕੇ ਜਾਵੇਗਾ? ਹਾਂਜੀ ਹਾਂਜੀ 100% ਬਹੁਤ ਵਧੀਆ। ਮਤਲਬ ਪਹਿਲਾਂ ਤਾਂ ਹੁਣ ਥੋੜਾ ਬੈਠਣ ਵੀ ਲੱਗ ਗਿਆ, ਪਹਿਲਾਂ ਬੈਠਦਾ ਨਹੀਂ ਹੁੰਦਾ ਸੀ, ਹੁਣ ਤਾਂ ਬੈਠਣ ਵੀ ਲੱਗ ਗਿਆ। ਬਿਲਕੁਲ ਜੀ ਬਿਲਕੁਲ। ਹੋਰ ਵੀ ਸਾਡੇ ਨਾਲ ਇੱਥੇ ਡਾਕਟਰ ਸਾਹਿਬ ਦੇ ਰੂਮ ਚ ਹੋਰ ਵੀ ਪੇਸ਼ੈਂਟ ਹੈ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੀ ਨਾਮ? ਮੇਰਾ ਨਾਮ ਗੁਰਵਿੰਦਰ ਹੈ ਜੀ। ਕਿੱਥੋਂ ਆਏ? ਮੈਂ ਮਾਨਸਾ ਜ਼ਿਲ੍ਹੇ ਤੋਂ। ਹੁਣ ਬਾਈ ਜੀ ਜੇ ਗੱਲ ਕਰੀਏ ਬਠਿੰਡਾ ਚ ਆਏ ਹੋ ਸਿਵਲ ਹਸਪੀਟਲ ਬਠਿੰਡਾ ਚ ਫਿਜ਼ੀਓਥੈਰੇਪੀ ਟ੍ਰੀਟਮੈਂਟ ਲੈਣ ਲਈ, ਕੀ ਕਹਿਣਾ ਚਾਹੋਗੇ ਤੇ ਕੀ ਪ੍ਰੋਬਲਮ ਸੀ? ਮੇਰਾ ਨਾ ਐਕਸੀਡੈਂਟ ਹੋ ਗਿਆ ਸੀ 4 ਸਾਲ ਪਹਿਲਾਂ ਜੀ, ਜਿਹਦੇ ਵਿੱਚ ਸਪਾਈਨਲ ਕੋਰਡ ਨਸ ਬਲੌਕ ਹੋ ਗਈ ਤੇ ਮੈਂ ਬਹੁਤ ਡਾਕਟਰਾਂ ਕੋਲੇ ਗਿਆ, ਮੇਰਾ ਕੋਈ ਇਲਾਜ ਨਹੀਂ ਹੋਇਆ। ਮੈਂ ਇੱਥੇ ਡਾਕਟਰ ਮਨੀਸ਼ ਜੀ ਨੂੰ ਮਿਲਿਆ ਜੀ ਫਸਟ ਟਾਈਮ, ਮੇਰੇ ਇਹਨਾਂ ਨੇ ਮੰਨ ਲਓ ਥੈਰੇਪੀ ਕੀਤੀ। ਮੈਨੂੰ ਫਸਟ ਟਾਈਮ ਦੇ ਵਿੱਚ ਹੀ ਬਹੁਤ ਮੂਮੈਂਟਸ ਲੱਗਦੀ ਆ, ਬਹੁਤ ਵਧੀਆ ਡਾਕਟਰ ਨੇ ਰਿਸਪੌਂਸ ਦਿੱਤਾ ਜੀ, ਬਹੁਤ ਵਧੀਆ ਕੇਅਰ ਚੱਲਦੀ ਇੱਥੇ ਹੋਸਪਿਟਲ ਦੇ ਵਿੱਚ ਜੀ। ਕਿੰਨੇ ਟਾਈਮ ਤੋਂ ਆ ਰਹੇ ਹੋ ਇੱਥੇ? ਇੱਥੇ ਮੈਂ ਫਸਟ ਟਾਈਮ ਆਇਆ ਜੀ। ਮੈਂ ਬਹੁਤ ਵਧੀਆ ਰਿਲੈਕਸ ਮਹਿਸੂਸ ਹੋ ਰਿਹਾ ਜੀ ਜੀ ਜੀ। ਜੋ ਮੈਂ 4 ਸਾਲਾਂ ਦੇ ਵਿੱਚ ਪਹਿਲਾਂ ਨਹੀਂ ਸਿੱਖ ਸਕਿਆ ਡਾਕਟਰਾਂ ਕੋਲ, ਅੱਜ ਮੈਨੂੰ ਫਸਟ ਟਾਈਮ ਦੇ ਵਿੱਚ ਹੀ ਪਤਾ ਲੱਗ ਗਿਆ ਵੀ ਇੱਦਾਂ ਦੀ ਥੈਰੇਪੀ ਹੁੰਦੀ ਹੈ। ਕੀ ਲੱਗਦਾ ਤੁਹਾਨੂੰ ਤੁਸੀਂ ਇੱਥੋਂ 100% ਜਿਹੜਾ ਠੀਕ ਹੋ ਕੇ ਜਾਓਗੇ? ਜੀ ਜੀ 100% ਮੈਨੂੰ ਬਹੁਤ ਹੌਸਲਾ ਜੀ, ਡਾਕਟਰ ਵਿਸ਼ਵਾਸ ਆ ਠੀਕ ਹੋ ਕੇ ਜਾਵਾਂਗੇ ਇੱਥੇ ਜੀ। ਫਿਜ਼ੀਓਥੈਰੇਪੀ ਡੇ ਦੇ ਮੌਕੇ ਤੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਫਿਜ਼ੀਓਥੈਰੇਪੀ ਡੇ ਚ ਸਪੈਸ਼ਲੀ ਮੈਂ ਬਠਿੰਡਾ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੂੰਗਾ ਫਿਜ਼ੀਓਥੈਰੇਪੀ ਡੇ ਦੀ। ਤੇ ਇਹ ਮੈਂ ਡਿਪਟੀ ਕਮਿਸ਼ਨਰ ਸਾਹਿਬ, ਸਿਵਲ ਸਰਜਨ ਸਾਹਿਬ ਤੇ SMO ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਹਾਲ ਹੀ ਚ ਸਾਨੂੰ ਨਵਾਂ ਫਿਜ਼ੀਓਥੈਰੇਪੀ ਡਿਪਾਰਟਮੈਂਟ ਦਿੱਤਾ ਹੈ, ਜਿਹੜਾ ਪੰਜਾਬ ਦਾ ਨੰਬਰ 1 ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈ। ਤਾਂ ਬਠਿੰਡਾ ਦੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਬਾਹਰ ਜਿਵੇਂ ਫਿਜ਼ੀਓਥੈਰੇਪੀ ਟ੍ਰੀਟਮੈਂਟ ਉਹ ਕਰਵਾਉਂਦੇ ਆ ਤਾਂ 300, 400, 500 ਤੱਕ ਫੀਸ ਤਾਂ ਉਹ ਦਿੰਦੇ ਆ, ਤੇ ਸਿਵਲ ਹਸਪੀਟਲ ਚ ਇਹ ਬਿਲਕੁਲ ਫ੍ਰੀ ਆਫ ਕੋਸਟ ਹੈ ਸੀਨੀਅਰ ਸਿਟੀਜ਼ਨਸ ਲਈ, ਸਪੈਸ਼ਲ ਬੱਚਿਆਂ ਲਈ ਤੇ ਗਵਰਨਮੈਂਟ ਇੰਪਲੋਈਜ਼ ਲਈ। ਤੇ ਜਿਵੇਂ ਜਨਰਲ ਕੈਟਾਗਰੀ ਦੇ ਪੇਸ਼ੈਂਟਸ ਵੀ ਸਾਡੇ ਕੋਲੇ ਆਉਂਦੇ, ਉਹ ਵੀ ਮਿਨੀਮਮ ਚਾਰਜਿਸ 30 ਤੋਂ ਲੈ ਕੇ 100 ਰੁਪਏ ਤੱਕ ਅਸੀਂ ਚਾਰਜ ਕਰ ਰਹੇ ਹਾਂ। ਬਿਲਕੁਲ ਜੀ ਬਿਲਕੁਲ। ਇਹ ਸੀ ਡਾਕਟਰ ਮਨੀਸ਼ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ, ਜਿਨ੍ਹਾਂ ਨੇ ਕਿਹਾ ਕਿ ਫਿਜ਼ੀਓਥੈਰੇਪੀ ਟ੍ਰੀਟਮੈਂਟ ਰਾਹੀਂ ਜਿਹੜੇ ਤਮਾਮ ਜਿਹੜੇ ਲੋਕ ਇੱਥੇ ਇਲਾਜ ਕਰਾਉਣ ਆਉਂਦੇ ਆ ਉਹ 100% ਇੱਥੋਂ ਠੀਕ ਹੋ ਕੇ ਜਾ ਰਹੇ ਨੇ। ਇਸ ਮੌਕੇ ਤੇ ਉਹਨਾਂ ਨੇ ਬਠਿੰਡਾ ਦੇ ਲੋਕਾਂ ਨੂੰ ਅਤੇ ਭਾਰਤ ਦੇਸ਼ ਦੇ ਲੋਕਾਂ ਨੂੰ ਫਿਜ਼ੀਓਥੈਰੇਪੀ ਡੇ ਦੇ ਮੌਕੇ ਤੇ ਵਧਾਈਆਂ ਵੀ ਦਿੱਤੀਆਂ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ ਟੀਵੀ ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।